ਖੁਸ਼ੀ ਆ ਮਨ ਦੇ ਵਿੱਚ ਕਿ ਅਸੀਂ ਪੱਕੇ ਪੇਪਰਾਂ ਦੇ ਵਿੱਚੋਂ ਪਾਸ ਹੋ ਕੇ ਆਏ ਹਾਂ, ਬਿਲਕੁਲ ਮੋਦੀ ਸਰਕਾਰ ਦੀਆਂ ਗੋਡਣੀਆਂ ਲਵਾ ਕੇ ਆਏ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਏਕਾ ਰੱਖ ਕੇ ਆਏ ਹਾਂ। ਪੂਰਾ ਇਹ ਏਕਾ ਇਸੇ ਤਰ੍ਹਾਂ ਬਣਿਆ ਰਹੂਗਾ ਔਰ ਜਦੋਂ ਜਦੋਂ ਵੀ ਸਰਕਾਰਾਂ ਜ਼ੁਲਮ ਕਰਿਆ ਕਰਨਗੀਆਂ ਉਹਨਾਂ ਨੂੰ ਇਹ ਰਿਜ਼ਲਟ ਜਿਹੜੇ ਮੋਦੀ ਭੁਗਤ ਕੇ ਹਟਿਆ ਹੀ ਭੁਗਤਣੇ ਪਿਆ ਕਰਨਗੇ। ਬੈਂਸ ਸਾਹਿਬ, ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ, ਇਹਦੇ ਵਿੱਚ ਕੀ ਹੋਇਆ ਅਤੇ ਕਿਹੜੀ ਸ਼ਰਤਾਂ ਮੰਨੀਆਂ? ਦੇਖੋ, ਇਹਦੇ ਵਿੱਚ ਸਾਰੇ ਕਾਲੇ ਕਾਨੂੰਨ ਜਿਹੜੇ ਉਹ ਰੱਦ ਹੋ ਗਏ ਆ। ਜਿਹੜੇ ਦੋ ਨਹੀਂ ਆਰਡੀਨੈਂਸ ਜਾਰੀ ਕੀਤੇ ਨੇ, ਬਿਜਲੀ ਬਿੱਲ 220 ਪਰਾਲੀ ਵਾਲਾ ਆ, ਉਹ ਖਤਮ ਕਰ ਦਿੱਤੇ ਆ। ਪਰਾਲੀ ਦੇ ਵਿੱਚੋਂ ਜਿਹੜੀ ਕਿਸਾਨਾਂ ਨੂੰ ਕੱਢ ਦਿੱਤਾ ਗਿਆ ਆ, ਜਿੰਨੇ ਟੋਟਲ ਕੇਸ ਹੈ ਉਹ ਕਿਸੇ ਵੀ ਸਟੇਟ ਦੇ ਵਿੱਚ ਹੋਣ ਜਾਂ ਸੈਂਟਰ ਦੇ ਪੁਲਿਸ ਨੇ ਕੀਤੇ ਦਰਜ ਹੋਣ, ਸਾਰੇ ਰੱਦ ਹੋ ਗਏ। ਜਿਹੜਾ ਇੱਥੇ ਧਰਨਾ ਚੱਲ ਰਿਹਾ ਆ ਲੋਕਲ ਲੈਵਲ ਤੇ, ਇਹ ਕਦੋਂ ਜਿਹੜਾ ਸਮਾਪਤ? ਇਹ ਆਪਾਂ 15 ਤਰੀਕ ਨੂੰ ਬਕਾਇਦਾ ਇਕੱਠ ਕਰਕੇ ਸਾਰੇ ਪੰਜਾਬ ਦੇ ਵਿੱਚ, ਪੂਰੇ ਹਿੰਦੁਸਤਾਨ ਦੇ ਜਿੱਥੇ ਜਿੱਥੇ ਵੀ ਬਾਲ ਘੇਰੇ ਹੋ ਆ, ਟੋਲ ਪਲਾਜ਼ੇ ਘੇਰੇ ਹੋ ਆ, 15 ਤਰੀਕ ਨੂੰ ਸਾਰੇ ਇਕੱਠ ਕਰਕੇ ਉਹ ਜਿਹੜੇ ਧਰਨੇ ਚੱਕ ਦਿੱਤੇ ਜਾਊਗੇ।